फिजा विच केसर जो कोल देवे रब कोलो मैं ऐसी आवाज़ मंगा आशिक रब दे पढ़न नमाज जेड़ी पढ़न लई मैं ओ नमाज मंगा जिन्हां बोलां च उल्फत दे रंग महकन महका भरे मैं ओ अल्फाज मंगा मेरी फितरत है कि मेरा जे होए दुश्मन ते मैं ओ दी भी उम्र दराज मंगा। आप सब दे खुशियां खेड़ियां दी मंगल कामना करदे होए मैं सुखबीर आप सब दा स्वागत कर दिया जी आया नू प्रोग्राम दे विच। चंडीगढ़ दे दूरदर्शन दे वेड़े दे विच रौनकां लगियां ने, अज नच्चांगे टप्पांगे भंगड़े पावांगे ते रौनकां लावांगे। सो आओ जी करदे आं प्रोग्राम दा आगाज। ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀ ਬੜਾ ਖੜਕਾ ਦੜਕਾ ਕਰਦੇ ਸੀ, ਜਮਾਤਾਂ ਵਿੱਚ ਘੱਟ ਪਰ ਮੋੜਾਂ 'ਤੇ ਜ਼ਿਆਦਾ ਖੜਦੇ ਸੀ। ਕੋਈ ਪਾਸ ਹੁੰਦਾ ਸੀ, ਕੋਈ ਫੇਲ ਹੁੰਦਾ ਸੀ, ਪਰ ਹਰ ਇੱਕ ਦੀ ਖੁਸ਼ੀ ਸੈਲੀਬ੍ਰੇਟ ਜ਼ਰੂਰ ਕਰਦੇ ਸੀ। ਆਓ ਜੀ ਫਿਰ ਤੁਹਾਡੇ ਕਾਲਜ ਦੀਆਂ ਦਿਨਾਂ ਨੂੰ ਤਾਜ਼ਾ ਕਰਦਿਆਂ, ਨਾਲੇ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਅਤੇ ਗੁਰਦੀਪ ਮੈਂ ਤੋਂ ਕੀ ਕਹਿ ਰਹੇ ਨੇ ਕਾਲਜ ਦੇ ਬਾਰੇ, ਆਓ ਸੁਣਦਿਆਂ ਅਤੇ ਆਪਣੀਆਂ ਯਾਦਾਂ ਤਾਜ਼ੀਆਂ ਕਰਦਿਆਂ। ਕਾਲਜ
ਮੁੰਡਿਆਂ ਤੇ ਮੁੰਡਿਆਂ ਦੀ ਭੀੜ ਕੱਟ ਜੂਗੀ ਜਦੋਂ ਕਾਲਜ ਹਟੇਗੀ ਮੁੰਡਿਆਂ ਰੇ ਅੱਡਿਆਂ ਤੇ ਮੁੰਡਿਆਂ ਦੀ ਭੀੜ ਕੱਟ ਜੂਗੀ ਜਦੋਂ ਕਾਲਜ ਹਟੇਗੀ ਮੁੰਡਿਆਂ ਰੇ ਕਿਹੜੀ ਗੱਲੋਂ ਰਹਿੰਦੀ ਨੀ ਤੂੰ ਨਿੰਮ ਨਿੰਮ ਹੱਸਦੀ ਦਿਲ ਵਾਲੀ ਗੱਲ ਕਾ ਤਾਂ ਸਾਨੂੰ ਨਹੀਂ ਆਉਂਦਾ ਰੱਖ ਫਕੀਰ ਆਇਆ ਸਾ ਬਹਿਣ ਖਲੋਣ ਪਰ ਕੋਲ ਹੋਵੇ ਤੇ ਹਸਣ ਸਾਰੇ ਤੁਰ ਜਾਵੇ ਤੇ ਰੋਣ ਤੁਰ ਜਾਵੇ ਤੇ ਰੋਣ ਬਾਬਾ ਜੀ ਕਿੰਨੀ ਡੂੰਘੀ ਗੱਲ ਕੀਤੀ ਆ ਹਾਂ ਮੈਂ ਖੂਚ ਬਹਿ ਕੇ ਲਿਖੀ ਓਏ ਹੋਏ ਉਹ ਬਾਬਾ ਜੀ ਤੁਸੀਂ ਨਾਰਾਜ਼ ਹੋ ਗਏ ਮੇਰੇ ਕਹਿਣ ਦਾ ਮਤਲਬ ਜਿੰਨੇ ਲਾਈਨਾਂ ਲਿਖੀਆਂ ਨਾ ਉੱਤੇ ਸੱਦ ਕੇ ਜਾਈਏ ਤੇ ਸੱਦ ਕੇ ਜਾਈਏ ਆਪਣੀ ਮਾਂ ਬੋਲੀ ਦੇ ਹਾਏ 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 ਕਿੰਨੀ ਮਾਖਿਓ ਮਿੱਠੀ ਸਾਡੀ ਮਾਂ ਬੋਲੀ ਦੇ ਨਾਂ ਤੇ ਤਾੜੀਆਂ ਬਜਾ ਬਿਲਕੁਲ ਜੀ ਆਪਣੀ ਮਾਂ ਬੋਲੀ ਤਾਂ ਸੱਜ ਕੇ ਜਾਣਾ ਚਾਹੀਦਾ ਪਰ ਬਾਬਾ ਜੀ ਅੱਜ ਕੱਲ ਪਤਾ ਕੀ ਲੋਕਾਂ ਨੂੰ ਕੀ ਅੱਗ ਲੱਗੀ ਹੈ ਉਹ ਅੰਗਰੇਜ਼ੀ ਬੋਲ ਕੇ ਆਪਣੀ ਟੋਰ ਬਣਾਉਣਾ ਚਾਹੁੰਦੇ ਆ ਸਹੀ ਕਰ ਰਿਹਾ ਮੈਂ ਕੱਲ ਦੇਖਿਆ ਵਿਚਾਰਾ ਠੇਲੇ ਵਾਲਾ ਸਬਜ਼ੀ ਵਾਲਾ ਉੱਥੇ ਇੱਕ ਬੰਦਾ ਆਇਆ ਉਹਨੇ ਉਹਨੂੰ ਇੰਗਲਿਸ਼ ਬੋਲ ਕੇ ਸਿਆਪਾ ਹੀ ਪਾ ਦਿੱਤਾ ਨਾ ਉਹ ਕਿੱਦਾਂ ਹੋਇਆ ਬੰਦਾ ਆਇਆ ਉਹਨੂੰ ਉਹ ਚਾਰ ਚੰਗਾ ਭਲਾ ਵੇਚਣ ਦਿਆ ਆਲੂ ਲੋ ਟਮਾਟਰ ਲੋ ਭਿੰਡੀ ਲੋ ਗੰਡੇ ਲੋ ਅੰਦਰ ਇੱਕ ਬੰਦਾ ਆਇਆ ਕਹਿੰਦਾ ਵਾਟ ਇਜ਼ ਦੀ ਪ੍ਰਾਈਜ਼ ਆਫ ਪਟੈਟੋ ਉਹ ਕਹਿੰਦਾ ਉਹ ਇੱਦਾਂ ਗਿਆ ਉਹਨੇ ਕਹਿੰਦਾ ਹਾਂਜੀ ਕਹਿੰਦਾ ਓਏ ਯਾਰ ਮੈਂ ਪੁੱਛਿਆ ਇਹ ਆਲੂ ਕਿੱਦਾਂ ਲਾਏ ਆ ਉਹ ਕਹਿੰਦਾ ਮੈਨੂੰ ਕੀ ਪਤਾ ਜੱਟਾਂ ਨੇ ਲਾਏ ਆ ਹਨਾ ਉਹਨੂੰ ਵਿਚਾਰੇ ਨੂੰ ਕੀ ਪਤਾ ਬਾਅਦ ਚ ਕਹਿੰਦਾ ਵਾਟ ਇਜ਼ ਦੀ ਪ੍ਰਾਈਸ ਆਫ ਲੇਡੀ ਫਿੰਗਰ ਉਹਨੇ ਉਂਗਲੀ ਕੀਤੀ ਉਹ ਕਹਿੰਦਾ ਮੈਂ ਤੇ ਮੰਡੀਓ ਭਿੰਡੀ ਲੈ ਕੇ ਆਏ ਲੇਡੀ ਫਿੰਗਰ ਕਦੋਂ ਹੋ ਗਈ ਮੈਨੂੰ ਨਹੀਂ ਪਤਾ ਸਹੀ ਗੱਲ ਹੈ ਅੰਗਰੇਜ਼ੀ ਦੀ ਬੜੀ ਮੌਤ ਪਈ ਬਹੁਤ ਮੈਂ ਇੱਕ ਦਿਨ ਮਾਡਲ ਟਾਊਨ ਗੇੜੀ ਲੈਣ ਗਿਆ ਅੱਛਾ ਗੇੜੀ ਹੱਲੇ ਵੀ ਬਾਅਦ ਚਲੇ ਜਾਈਦਾ ਅੱਛਾ ਉੱਥੇ ਬੇਲਪੁਰੀ ਵਾਲਾ ਬੇਲਪੁਰੀ ਵੇਚੇ ਅੱਛਾ ਤੇ ਇੱਕ ਸੋਹਣੀ ਜਿਹੀ ਜਨਾਨੀ ਆ ਕੇ ਉਹਨਾਂ ਅੰਗਰੇਜ਼ੀ ਚ ਸ਼ੁਰੂ ਹੋ ਗਈ ਅੱਗੇ ਬੇਲਪੁਰੀ ਵਾਲੇ ਇੱਕ ਪਲੇਟ ਬੇਲਪੁਰੀ ਦੇਣਾ ਇਸਮੇ ਥੋੜੇ ਆਲੂ ਸ ਡਾਲਨਾ ਇਸਮੇ ਥੋੜੀ ਬੂੰਦੀ ਸ ਡਾਲਨਾ ਇਸਮੇ ਥੋੜਾ ਧਨੀਆ ਸ ਡਾਲਨਾ ਉਹ ਕਹਿੰਦਾ ਭੈਣ ਜੀ ਥੋੜੀ ਜਿਹੀ ਜਗ੍ਹਾ ਬਣਾ ਕੇ ਵਿੱਚ ਆਪ ਵੀ ਬਹਿ ਜਾ ਚੜਿਆ
ਨੱਕ ਵਿੱਚ ਨਥਨੀ ਕੰਨੀ ਕਾਂਟੇ ਹੱਥੀ ਮਹਿੰਦੀ ਲਾਈ ਹੋਈ ਹੈ ਫੁੱਲਾਂ ਤੋਂ ਸੋਲ ਗੁਲਦਸਤੇ ਵਰਗੀ ਕੌਣ ਪਰੌਣੀ ਆਈ ਹੋਈ ਹੈ ਜੀ ਹਾਂ ਦੂਰਦਰਸ਼ਨ ਦੇ ਵਿਹੜੇ ਵਿੱਚ ਬਹੁਤ ਸਾਰੇ ਪਰੌਣੇ ਆਏ ਨੇ ਨਵੇਂ ਸਾਲ ਦੀ ਆਮਦ 'ਤੇ ਔਰ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਅਗਲੀਆਂ ਰੌਣਕਾਂ ਲਾਉਣ ਜਾ ਰਹੇ ਨੇ ਨਿਆ ਸ਼ਰਮਾ ਅਤੇ ਲਵਨਿਆ ਸ਼ਰਮਾ ਹੱਥੀ ਚੂੜਾ ਪਾਇਆ ਹੋਇਆ ਅਤੇ ਨਾਲ ਦੇ ਨਾਲ ਨੱਚਣ ਦੀ ਗੱਲ ਕੀਤੀ ਜਾ ਰਹੀ ਹੈ ਆਓ ਜੀ ਫਿਰ ਵੇਖੀਏ ਦਰਸ਼ਨ ਦੇ ਵਿਹੜੇ ਵਿੱਚ ਲੱਗੀਆਂ ਨੇ ਰੌਣਕਾਂ ਔਰ ਵੱਖ ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਪੇਸ਼ ਕੀਤੇ ਜਾ ਰਹੇ ਨੇ ਚਾਹੇ ਉਹ ਹਾਸੇ ਦੀਆਂ ਗੱਲਾਂ ਨੇ ਚਾਹੇ ਉਹ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਨੇ ਅਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਦੇ ਰੰਗਾਂ ਦੇ ਵਿੱਚੋਂ ਹਰਿਆਣੇ ਦੇ ਰੰਗਾਂ ਵੱਲ ਆਓ ਜੀ ਫਿਰ ਚੱਲੀਏ ਹਰਿਆਣੇ ਵੱਲ ਨੂੰ ਆਓ ਜੀ ਮੇਰੇ ਨਾਲ
कोशिश का माड़ा असर हो सकता है, वो काम कर जिदा चंगा असर हो सकता है। जिस्म तो वध ख्याल रख नाम दा, जिस्म मिट सकता है पर नाम अमर हो सकता। कहते हैं कि इंसान नूं ऐदां दे काम करने चाहिए ने कि उहदी किरदार चों खुशबू आवे, उहदे काम बोलन। अगले गीत विच कुछ इस तरह का ही कहन जा रही है मिस जशनदीप कौर, कह रही है कि एक तो मुंडा सरपंच लगा है तो दूसरा दिलों पर राज करता है। ये गल तो मैं कह रही हूँ, मिस जशनदीप किवें कह रहे हैं, आओ सुनते हैं। शुरू होने वाला, तेरे को बाद फोन कर दूँ। ओ हाँ हाँ, उठा का अपना मैं, उस अद्दा माल अपना मैं, अद्दा काले दा। यार प्रोग्राम शुरू होने वाला, मैं बाद फोन कर दूँ। आहो, ओ बापूजी ठीक है, थोड़ा बीमार हो ही, सवेरे शाम दवाई चल दिया। मैं बाद फोन करता, प्रोग्राम शुरू होने वाला। ओ आहो, अपनी दादी कुड़िया ब्याह वा 13 जनवरी, ओ पागल है, लोहड़ी वाले दिन ब्याह रखता। बाद फोन करता, प्रोग्राम शुरू होने वाला। ओ सोनू का वीजा लग गया कनेडा का, अगले हफ्ते फ्लाइट आ। प्रोग्राम शुरू होने वाला, मैं बाद फोन करता। नहीं कोई गल नहीं, तू फोन कर ला, जी प्रोग्राम फेकते कर लांगे। नहीं नहीं बस हो गया बापू जी, इन्ने फोन नहीं आंदे। ऐडा कितने तानू फोन आए, बेड़ा गर्क कर दिता फोना ने। हर एक 20 सेकंड बाद तेरा फोन आ जाता है। तू तो फिर जींदा है कि मरे बंदे नू फोन। ਹੈਲੋ
ਪਤਾ ਕਿਉਂ ਹੋਇਆ? ਕੀ ਹੋਇਆ? ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ। ਓ ਮੈਨੂੰ ਵੀ ਚਾਚਾ ਕੀ ਹੋ ਗਿਆ? ਕਿਦੋਂ ਅੱਜ ਹੋਇਆ? ਓਏ ਕੀ ਚਾਪਾ ਪੈ ਗਿਆ ਛਗਣੇ ਵਾਲੇ ਕੰਮ ਤੇ ਕੀ ਹੋ ਗਿਆ? ਓ ਮਾਈ ਗੋਡ। ਓ ਮੈਨੂੰ ਵੀ ਚਾਚਾ ਦੇ ਕੀ ਹੋਇਆ ਆ? ਕਹਿੰਦੇ ਤੇਰਾ ਨੈਟ ਪੈਕ ਖਤਮ ਹੋ ਗਿਆ। ਛੱਡ ਦੇ ਦਿਲਾਂ ਤੂੰ ਇਹ ਕਹਾਣੀ, ਸਾਲ ਨਵਾਂ ਤੇ ਸੋਚ ਪੁਰਾਣੀ, ਦੌਲਤ ਹੀ ਨਾ ਮੰਗੀ ਜਾਵੀ, ਕਰ ਜਿਗਰਾ ਤੇ ਇੱਜ਼ਤ ਮੰਗ ਲੈ, ਨਫ਼ਰਤ ਦਰ ਦਰ ਧੱਕੇ ਖਾਂਦੀ, ਮੰਗਣੀ ਏ ਤੇ ਮੁਹੱਬਤ ਮੰਗ ਲੈ। ਨਵਾਂ ਸਾਲ ਆਪ ਸਭ ਲਈ ਉਮੀਦਾਂ ਲੈ ਕੇ ਆਏ, ਆਸਾਂ ਲੈ ਕੇ ਆਏ, ਸਿਹਤਯਾਬੀ ਲੈ ਕੇ ਆਵੇ, ਤੁਹਾਡੀਆਂ ਮੁਹੱਬਤਾਂ ਕਾਇਮ ਰਹਿਣ, ਤੁਸੀਂ ਖੁਸ਼ੀਆਂ ਖੇੜਿਆਂ ਦੇ ਵਿੱਚ ਹਮੇਸ਼ਾ ਹੱਸਦੇ ਵਾਸਤੇ ਰਹੋ। ਇਸ ਦੁਆ ਦੇ ਨਾਲ ਤੁਹਾਡੇ ਤੋਂ ਲੈਂਦੇ ਹਾਂ ਵਿਦਾ। ਰੱਬ ਰਾਖਾ। ਕੰਨਾਂ ਨੂੰ ਹੱਥ ਲਾਵਾਂ, ਮੁੜਨਾ ਜਾਵਾਂ, ਦਾਰੂ ਹੱਥੀ ਦੇ ਕੇ ਤੁਰ ਗਏ।
ਬਿਨਾ ਨਾ ਚਿੱਪੜ ਸੌਂਦਾ ਨਾਰ ਬਿਨਾ ਨਾ ਬੇੜਾ ਕਰੂੰ ਗੁਲਾਮੀ ਉਹਦੀ ਜੱਟੀ ਮੋੜ ਲਿਆਵੇ ਜਿਹੜਾ ਖੜੇ ਬਿਨਾ ਨਾ ਪਿੱਪੜ ਸੌਂਦਾ ਨਾਰ ਬਿਨਾ ਨਾ ਬੇੜਾ ਕਰੂੰ ਗੁਲਾਮੀ ਉਹਦੀ ਜੱਟੀ ਮੋੜ ਲਿਆਵੇ ਜਿਹੜਾ ਵੱਡ ਵੱਡ ਖਾਂਦਾ ਸ਼ਾਮ ਸਵੇਰਾ ਰਾਤ ਨਾ ਜਾਂਦੀ ਕੱਟੀ ਪੇਕੇ ਤੁਰ ਗਈ ਯਾਰੋ ਪੇਕੇ ਤੁਰ ਗਈ ਯਾਰੋ ਮੇਰੀ ਮੋਰਨੀ ਜੱਟੀ ਪੇਕੇ ਤੁਰ ਗਈ ਯਾਰੋ ਮੇਰੀ ਮੋਰਨੀ ਜੱਟੀ ਕਾਲਿਆ ਕਾਵਾਂ ਉੱਡ ਕੇ ਬਹਿ ਜਾ ਕੋਟ ਪਠਾਣ ਦੇ ਕੁਝ ਤੇ ਮੈਥੋਂ ਹੋ ਗਿਣ ਜੱਟੀਏ ਕੁਝ ਤੇ ਤੂੰ ਵੀ ਜਾਣ ਦੇ ਉੱਡ ਖਾ ਕਾਲਿਆ ਕਾਵਾਂ ਉੱਡ ਕੇ ਬਹਿ ਜਾ ਕੋਟ ਪਠਾਣ ਦੇ ਕੁਝ ਤੇ ਮੈਥੋਂ ਹੋ ਗਈ ਜੱਟੀਏ ਕੁਝ ਤੇ ਤੂੰ ਵੀ ਜਾਣ ਦੇ ਸੌ ਲੱਗੇ ਰੋਮੀ ਨੂੰ ਤੇਰੀ ਹੁਣ ਜੇ ਪੂਰੀ ਬੱਤੀ ਪੇਕੇ ਤੁਰ ਗਈ ਯਾਰੋ ਪੇਕੇ ਤੁਰ